ਸਾਡੇ ਨਾਲ ਇਸ ਟਾਈਮ ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਮਜੂਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੁਨੀਲ ਜਾਖੜ ਅੱਜ ਜਿਹੜਾ ਬਾਏ ਇਲੈਕਸ਼ਨ ਦੇ ਵਿੱਚ ਜਲੰਧਰ ਪਹੁੰਚੇ ਹੋਏ ਨੇ, ਗੱਲਬਾਤ ਕਰਦੇ ਹਾਂ। ਸਰ, ਅੱਜ ਆਮ ਆਦਮੀ ਪਾਰਟੀ ਦੀ ਰੈਲੀ ਸੀ ਤੇ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਜਿਹੜੇ ਲੀਡਰ ਪਹੁੰਚੇ ਸਨ ਉਹਨਾਂ ਵੱਲੋਂ ਸ਼ੀਤਲ ਉਂਗਰਾਲ ਤੇ ਆਰੋਪ ਲਗਾਏ ਗਏ, ਕਹਿੰਦੇ ਲੋਟਸ ਆਪਰੇਸ਼ਨ ਲੋਟਸ ਦੀ ਵਿਰੋਧ ਕਰਦੇ ਸਨ ਤੇ ਆਪ ਉਹਦਾ ਹੀ ਸ਼ਿਕਾਰ ਹੋ ਗਏ। ਦੇਖੀਏ, ਅੱਜ ਜਿਹੜਾ ਆਪਰੇਸ਼ਨ ਮੁੱਖ ਮੰਤਰੀ ਹੋ ਰਿਹਾ ਸਾਹਿਬ, ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਫਿਊਚਰ ਡਿਪੈਂਡ ਕਰਦਾ ਹੈ ਜਲੰਧਰ ਵੈਸਟ ਸੀਟ ਦੇ ਉੱਤੇ। ਜਿੱਥੋਂ ਸ਼ੀਤਲ ਉਂਗਰਾਲ ਜਿੱਤਦੇ ਹੈ ਤੇ ਆਪਰੇਸ਼ਨ ਉਹਨਾਂ ਦਾ ਹੋ ਜਾਣਾ, ਉਹਨਾਂ ਦਾ ਜਿਹੜਾ ਟਾਈਮ ਹੈ ਬੜਾ ਲਿਮਿਟਿਡ ਹੈ। ਸਰ, ਅੱਜ ਸ਼ੀਤਲ ਉਂਗਰਾਲ ਜਿਹੜੇ ਆਰੋਪ ਸ਼ੀਤਲ ਉਂਗਰਾਲ ਰਮਨ ਰੋਡੇ ਦੇ ਆਰੋਪ ਲਗਾ ਰਹੇ ਨੇ, ਉਹ ਉਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਸਰ? ਆਰੋਪ ਦੇਖਦੇ ਹਾਂ ਕੀ ਹੈ। ਠੀਕ ਹੈ, ਥੈਂਕ ਯੂ। ਇਸ ਦਿਨ ਸਾਡੇ ਨਾਲ ਸੁਨੀਲ ਜਾਖੜ ਜੋ ਬੀਜੇਪੀ ਪੰਜਾਬ ਪ੍ਰਧਾਨ ਸਨ, ਉਹਨਾਂ ਨੇ ਕਿਹਾ ਕਿ ਲੋਟਸ ਆਪਰੇਸ਼ਨ ਦੀ ਗੱਲ ਕੀਤੀ ਕਿ ਜਿਹੜੇ ਆਰੋਪ ਲੱਗੇ ਉਹਨਾਂ ਦੇ ਉੱਤੇ ਸ਼ੀਤਲ ਉਂਗਰਾਲ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ, ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੁਣ ਆਪਰੇਸ਼ਨ ਹੈ ਇਹ ਮੁੱਖ ਮੰਤਰੀ ਦਾ ਆਪਰੇਸ਼ਨ ਹੈ, ਜਿਹੜੇ ਆਪ ਜਲੰਧਰ ਵੈਸਟ ਦੇ ਵਿੱਚ ਆ ਕੇ ਬਹਿ ਗਏ ਨੇ। ਜਲੰਧਰ ਤੋਂ ਕੈਮਰਾਮੈਨ ਸ਼ਮੀ ਦੇ ਨਾਲ ਅੰਕਿਤ ਜਨੇਜਾ, ਤੇਲਗਾਮ ਜਬੜੀ। ਸਾਡੇ ਨਾਲ ਇਸ ਟਾਈਮ ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਮਜੂਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੁਨੀਲ ਜਾਖੜ ਅੱਜ ਜਿਹੜਾ ਬਾਏ ਇਲੈਕਸ਼ਨ ਦੇ ਵਿੱਚ ਜਲੰਧਰ ਪਹੁੰਚੇ ਹੋਏ ਨੇ, ਗੱਲਬਾਤ ਕਰਦੇ ਹਾਂ। ਸਰ, ਅੱਜ ਆਮ ਆਦਮੀ ਪਾਰਟੀ ਦੀ ਰੈਲੀ ਸੀ ਤੇ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਜਿਹੜੇ ਲੀਡਰ ਪਹੁੰਚੇ ਸਨ ਉਹਨਾਂ ਵੱਲੋਂ ਸ਼ੀਤਲ ਉਂਗਰਾਲ ਤੇ ਆਰੋਪ ਲਗਾਏ ਗਏ, ਕਹਿੰਦੇ ਲੋਟਸ ਆਪਰੇਸ਼ਨ ਲੋਟਸ ਦੀ ਵਿਰੋਧ ਕਰਦੇ ਸਨ ਤੇ ਆਪ ਉਹਦਾ ਹੀ ਸ਼ਿਕਾਰ ਹੋ ਗਏ। ਦੇਖੀਏ, ਅੱਜ ਜਿਹੜਾ ਆਪਰੇਸ਼ਨ ਮੁੱਖ ਮੰਤਰੀ ਹੋ ਰਿਹਾ ਸਾਹਿਬ, ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਫਿਊਚਰ ਡਿਪੈਂਡ ਕਰਦਾ ਹੈ ਜਲੰਧਰ ਵੈਸਟ ਸੀਟ ਦੇ ਉੱਤੇ। ਜਿੱਥੋਂ ਸ਼ੀਤਲ ਉਂਗਰਾਲ ਜਿੱਤਦੇ ਹੈ ਤੇ ਆਪਰੇਸ਼ਨ ਉਹਨਾਂ ਦਾ ਹੋ ਜਾਣਾ, ਉਹਨਾਂ ਦਾ ਜਿਹੜਾ ਟਾਈਮ ਹੈ ਬੜਾ ਲਿਮਿਟਿਡ ਹੈ। ਸਰ, ਅੱਜ ਸ਼ੀਤਲ ਉਂਗਰਾਲ ਜਿਹੜੇ ਆਰੋਪ ਸ਼ੀਤਲ ਉਂਗਰਾਲ ਰਮਨ ਰੋਡੇ ਦੇ ਆਰੋਪ ਲਗਾ ਰਹੇ ਨੇ, ਉਹ ਉਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਸਰ? ਆਰੋਪ ਦੇਖਦੇ ਹਾਂ ਕੀ ਹੈ। ਥੈਂਕ ਯੂ। ਇਸ ਦਿਨ ਸਾਡੇ ਨਾਲ ਸੁਨੀਲ ਜਾਖੜ ਜੋ ਬੀਜੇਪੀ ਪੰਜਾਬ ਪ੍ਰਧਾਨ ਸਨ, ਉਹਨਾਂ ਨੇ ਕਿਹਾ ਕਿ ਲੋਟਸ ਆਪਰੇਸ਼ਨ ਦੀ ਗੱਲ ਕੀਤੀ ਕਿ ਜਿਹੜੇ ਆਰੋਪ ਲੱਗੇ ਉਹਨਾਂ ਦੇ ਉੱਤੇ ਸ਼ੀਤਲ ਉਂਗਰਾਲ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ, ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੁਣ ਆਪਰੇਸ਼ਨ ਹੈ ਇਹ ਮੁੱਖ ਮੰਤਰੀ ਦਾ ਆਪਰੇਸ਼ਨ ਹੈ, ਜਿਹੜੇ ਆਪ ਜਲੰਧਰ ਵੈਸਟ ਦੇ ਵਿੱਚ ਆ ਕੇ ਬਹਿ ਗਏ ਨੇ। ਜਲੰਧਰ ਤੋਂ ਕੈਮਰਾਮੈਨ ਸ਼ਮੀ ਦੇ ਨਾਲ ਅੰਕਿਤ ਜਨੇਜਾ, ਤੇਲਗਾਮ ਜਬੜੀ। ਸਾਡੇ ਨਾਲ ਇਸ ਟਾਈਮ ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਮਜੂਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੁਨੀਲ ਜਾਖੜ ਅੱਜ ਜਿਹੜਾ ਬਾਏ ਇਲੈਕਸ਼ਨ ਦੇ ਵਿੱਚ ਜਲੰਧਰ ਪਹੁੰਚੇ ਹੋਏ ਨੇ, ਗੱਲਬਾਤ ਕਰਦੇ ਹਾਂ। ਸਰ, ਅੱਜ ਆਮ ਆਦਮੀ ਪਾਰਟੀ ਦੀ ਰੈਲੀ ਸੀ ਤੇ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਜਿਹੜੇ ਲੀਡਰ ਪਹੁੰਚੇ ਸਨ ਉਹਨਾਂ ਵੱਲੋਂ ਸ਼ੀਤਲ ਉਂਗਰਾਲ ਤੇ ਆਰੋਪ ਲਗਾਏ ਗਏ, ਕਹਿੰਦੇ ਲੋਟਸ ਆਪਰੇਸ਼ਨ ਲੋਟਸ ਦੀ ਵਿਰੋਧ ਕਰਦੇ ਸਨ ਤੇ ਆਪ ਉਹਦਾ ਹੀ ਸ਼ਿਕਾਰ ਹੋ ਗਏ। ਦੇਖੀਏ, ਅੱਜ ਜਿਹੜਾ ਆਪਰੇਸ਼ਨ ਮੁੱਖ ਮੰਤਰੀ ਹੋ ਰਿਹਾ ਸਾਹਿਬ, ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਫਿਊਚਰ ਡਿਪੈਂਡ ਕਰਦਾ ਹੈ ਜਲੰਧਰ ਵੈਸਟ ਸੀਟ ਦੇ ਉੱਤੇ। ਜਿੱਥੋਂ ਸ਼ੀਤਲ ਉਂਗਰਾਲ ਜਿੱਤਦੇ ਹੈ ਤੇ ਆਪਰੇਸ਼ਨ ਉਹਨਾਂ ਦਾ ਹੋ ਜਾਣਾ, ਉਹਨਾਂ ਦਾ ਜਿਹੜਾ ਟਾਈਮ ਹੈ ਬੜਾ ਲਿਮਿਟਿਡ ਹੈ। ਸਰ, ਅੱਜ ਸ਼ੀਤਲ ਉਂਗਰਾਲ ਜਿਹੜੇ ਆਰੋਪ ਸ਼ੀਤਲ ਉਂਗਰਾਲ ਰਮਨ ਰੋਡੇ ਦੇ ਆਰੋਪ ਲਗਾ ਰਹੇ ਨੇ, ਉਹ ਉਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਸਰ? ਆਰੋਪ ਦੇਖਦੇ ਹਾਂ ਕੀ ਹੈ। ਥੈਂਕ ਯੂ। ਇਸ ਦਿਨ ਸਾਡੇ ਨਾਲ ਸੁਨੀਲ ਜਾਖੜ ਜੋ ਬੀਜੇਪੀ ਪੰਜਾਬ ਪ੍ਰਧਾਨ ਸਨ, ਉਹਨਾਂ ਨੇ ਕਿਹਾ ਕਿ
ਲੋਟਸ ਆਪਰੇਸ਼ਨ ਦੀ ਗੱਲ ਕੀਤੀ ਗਈ, ਜਿਹੜੇ ਆਰੋਪ ਲੱਗੇ ਉਹਨਾਂ ਦੇ ਉੱਤੇ ਸ਼ੀਤਲ ਉਂਗਰਾਲ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ, ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੁਣ ਆਪਰੇਸ਼ਨ ਹੈ ਇਹ ਮੁੱਖ ਮੰਤਰੀ ਦਾ ਆਪਰੇਸ਼ਨ ਹੈ, ਜਿਹੜੇ ਆਪ ਜਲੰਧਰ ਵੈਸਟ ਦੇ ਵਿੱਚ ਆ ਕੇ ਬਹਿ ਗਏ ਨੇ। ਜਲੰਧਰ ਤੋਂ ਕੈਮਰਾਮੈਨ ਸ਼ਮੀ ਦੇ ਨਾਲ ਅੰਕਿਤ ਜਨੇਜਾ, ਟੈਲੀਕਾਮ ਜਬੜੀ।